ਸਤਿ ਸ਼੍ਰੀ ਅਕਾਲ ਜੀ, ਸਵਾਗਤ ਕੀਤਾ ਜਾਂਦਾ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਵਿੱਚ। ਮੈਂ ਹੰਗਰ, ਆਪਾਂ ਕਰ ਰਹੇ ਹਾਂ ਜੀ ਏਸ਼ੀਅਨਟ ਹਿਸਟਰੀ। ਆਪਾਂ ਪਿਛਲੀ ਵੀਡੀਓ ਦੇ ਵਿੱਚ ਹਿਸਟਰੀ ਦੀ ਇੰਟਰੋਡਕਸ਼ਨ ਪੜ੍ਹੀ ਸੀ, ਜਿਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਵੀ ਮਨੁੱਖੀ ਇਤਿਹਾਸ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਵਾ, ਪ੍ਰੀ ਹਿਸਟਰੀ, ਪ੍ਰੋਟੋ ਹਿਸਟਰੀ ਅਤੇ ਹਿਸਟਰੀ ਦੇ ਵਿੱਚ। ਆਪਾਂ ਪਿਛਲੀ ਵੀਡੀਓ ਦੇ ਵਿੱਚ ਪ੍ਰੀ ਹਿਸਟਰੀ ਹੈ ਜਿਹੜੀ, ਉਹਦੀ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਨੇ ਲਈ ਸੀਗੀ ਵੀ ਪ੍ਰੀ ਹਿਸਟਰੀ ਹੈ ਜਿਹੜੀ ਉਹਨੂੰ ਅੱਗੇ ਦੋ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਵਾ, ਇੱਕ ਹੈਗੀ ਹੈ ਸਟੋਨੇਜ ਅਤੇ ਦੂਸਰੀ ਹੈਗੀ ਹੈ ਮੈਟਲ ਏਜ। ਅੱਜ ਦੀ ਆਪਣੀ ਇਸ ਵੀਡੀਓ ਦਾ ਟੋਪਿਕ ਹੋਊਗਾ ਸਟੋਨੇਜ। ਅੱਜ ਆਪਾਂ ਸਟੋਨੇਜ ਨੂੰ ਪੂਰੀ ਬਰੀਕੀ ਦੇ ਨਾਲ ਕਵਰ ਕਰਾਂਗੇ। ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਾਫੀ ਮਹੱਤਵਪੂਰਨ ਆ, ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਜੀ। ਦੇਖ ਲਓ, ਤੁਸੀਂ ਦੇਖ ਸਕਦੇ ਹੋ ਇੰਨੇ ਨੋਟਸ ਨੇ ਮੇਰੇ ਕੋਲ, ਇਹ ਜਿਹੜੇ ਸਾਰੇ ਨੋਟਸ ਨੇਗੇ ਇਹ ਸਿਰਫ ਇਕੱਲੇ ਪ੍ਰੀ ਹਿਸਟਰੀ ਦੇ ਨੋਟਸ ਨੇਗੇ। ਆਪਾਂ ਇਹਨਾਂ ਨੂੰ ਪੜ੍ਹਦੇ ਹਾਂਗੇ, ਦੇਖਦੇ ਹਾਂਗੇ ਵੀ ਪ੍ਰੀ ਹਿਸਟਰੀ ਦੇ ਵਿੱਚ ਕੀ ਕੁਝ ਆਉਂਦਾ ਵਾ। ਤਾਂ ਸ਼ੁਰੂ ਕਰਦੇ ਹਾਂ ਜੀ। ਜਿਵੇਂ ਆਪਾਂ ਨੂੰ ਪਤਾ ਵਾ ਵੀ ਪ੍ਰੀ ਹਿਸਟਰੀ ਪੀਰੀਅਡ ਆ ਜਿਹੜਾ, ਉਹਦੀ ਆਪਾਂ ਨੂੰ ਕੋਈ ਵੀ ਜਿਹੜੀ ਹੈਗੀ ਲਿਖਤ ਨਹੀਂ ਮਿਲਦੀ ਜਾਂ ਆਪਾਂ ਨੂੰ ਉਹਦੇ ਕੋਈ ਸਬੂਤ ਨਹੀਂ ਮਿਲਦੇ। ਇਸ ਪੀਰੀਅਡ ਦੇ ਬਾਰੇ ਆਪਾਂ ਨੂੰ ਕਾਰਬਨ ਡੇਟਿੰਗ ਰਾਹੀਂ ਪਤਾ ਲਗਾਉਣਾ ਪੈਂਦਾ ਵਾ। ਮਤਲਬ ਜੇ ਕੋਈ ਵੀ ਆਪਾਂ ਨੂੰ ਚੀਜ਼ ਪੁਰਾਣੇ ਜ਼ਮਾਨੇ ਦੀ ਮਿਲਦੀ ਆ ਤਾਂ ਉਹਨੂੰ ਆਪਾਂ ਕਾਰਬਨ ਡੇਟਿੰਗ ਰਾਹੀਂ ਆਪਾਂ ਉਹਦੀ ਉਮਰ ਆ ਜਿਹੜੀ ਉਹ ਪਤਾ ਕਰਦੇ ਹਾਂ। ਤਾਂ ਪ੍ਰੀ ਹਿਸਟਰੀ ਪੀਰੀਅਡ ਦੀਆਂ ਵੀ ਆਪਾਂ ਨੂੰ ਜਿਹੜੀ ਚੀਜ਼ਾਂ ਮਿਲਦੀਆਂ ਨੇਗੀਆਂ ਉਹ ਵੀ ਤਾਂ ਪਤਾ ਲੱਗਦਾ ਵਾ ਕਿਉਂਕਿ ਜਦੋਂ ਆਪਾਂ ਉਹਨਾਂ ਦੀ ਕਾਰਬਨ ਡੇਟਿੰਗ ਕਰਦੇ ਹਾਂ। ਅੱਜ ਦਾ ਆਪਣਾ ਟੋਪਿਕ ਹੈਗਾ ਸਟੋਨੇਜ, ਆਪਣੇ ਇਹੀ ਪੜ੍ਹਨਾ ਵਾ। ਸਟੋਨੇਜ ਨੂੰ ਵੀ ਅੱਗੇ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਵਾ, ਪੈਲੋਲੈਥਿਕ, ਮੈਸੋਲੈਥਿਕ ਅਤੇ ਨਿਓਲੈਥਿਕ। ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂਗੇ ਵੀ ਮਨੁੱਖ ਦੀ ਜਿਹੜੀ ਹੋਣ ਦੇ ਸਬੂਤ ਨੇ ਉਹ ਸਭ ਤੋਂ ਪਹਿਲਾਂ ਕਿੱਥੋਂ ਮਿਲਦੇ ਨੇ। ਧਰਤੀ ਦੇ ਸਭ ਤੋਂ ਪਹਿਲੇ ਮਨੁੱਖ ਦੀ ਹੋਣ ਦੇ ਸਬੂਤ ਨੇ ਜਿਹੜੇ ਸਾਨੂੰ ਅਫਰੀਕਾ ਮਹਾਂਦੀਪ ਦੇ ਇਥੋਪੀਆ ਦੇਸ਼ ਤੋਂ ਮਿਲਦੇ ਨੇਗੇ। ਜੇਕਰ ਭਾਰਤ ਵਿੱਚ ਦੇਖਿਆ ਜਾਵੇ ਤਾਂ ਭਾਰਤ ਵਿੱਚ ਮਹਾਰਾਸ਼ਟਰ ਦਾ ਇੱਕ ਬੋਰੀ ਸਥਾਨ ਹੈਗਾ ਜਿਸ ਤੋਂ 2.5 ਲੱਖ ਪੁਰਾਣੇ ਕੰਕਾਲ ਨੇਗੇ ਜਿਹੜੇ ਉਹ ਪ੍ਰਾਪਤ ਹੋਏ ਨੇ, ਜਿਸ ਤੋਂ ਸਾਨੂੰ ਭਾਰਤ ਵਿੱਚ ਮਨੁੱਖੀ ਹੋਣ ਦੇ ਬਾਰੇ ਪਤਾ ਲੱਗਦਾ ਹੈ। ਹੁਣ ਗੱਲ ਕਰਦੇ ਹਾਂਗੇ ਪੈਲੋਲੈਥਿਕ ਪੀਰੀਅਡ ਨੂੰ, ਬਰੀਕੀ ਦੇ ਨਾਲ ਪੜ੍ਹਦੇ ਹਾਂਗੇ ਇਕੱਲੇ ਇਕੱਲੇ ਪੀਰੀਅਡ ਨੂੰ। ਪੈਲੋਲੈਥਿਕ ਪੀਰੀਅਡ ਦਾ ਜਿਹੜਾ ਸਮਾਂ ਵਾ ਉਹ 5 ਲੱਖ ਤੋਂ 10,000 BC ਤੱਕ ਦਾ ਜਿਹੜਾ ਮੰਨਿਆ ਜਾਂਦਾ ਵਾ। ਇਹ ਜਿਹੜਾ ਸਮਾਂ ਵਾ ਅਲੱਗ ਅਲੱਗ ਕਿਤਾਬਾਂ ਦੇ ਵਿੱਚ ਅਲੱਗ ਅਲੱਗ ਹੋ ਸਕਦਾ ਵਾ, ਪਰ ਆਪਾਂ ਇਹਦੀ ਜਿਹੜੀ ਐਵਰੇਜ ਇਹਨੂੰ ਮੰਨ ਕੇ ਚੱਲਦੇ ਹਾਂ ਵੀ 5 ਲੱਖ ਤੋਂ 10,000 BC। ਪਲੈਸਟੋਸੀਨ ਪੀਰੀਅਡ ਜਾਂ ਆਈਸ ਏਜ ਦੇ ਸਮੇਂ ਪੈਲੋਲੈਥਿਕ ਪੀਰੀਅਡ ਹੁੰਦਾ ਸੀ। ਆਈਸ ਏਜ ਜਦੋਂ ਹੁੰਦੀ ਸੀ ਨਾ ਉਦੋਂ ਇਹ ਜਿਹੜਾ ਸਮਾਂ ਸੀਗਾ ਪੈਲੋਲੈਥਿਕ ਪੀਰੀਅਡ ਦਾ ਉਹ ਚੱਲਦਾ ਸੀਗਾ। ਪੈਲੋਲੈਥਿਕ ਏਜ ਦੇ ਜਿਹੜੇ ਸਬੂਤ ਨੇ ਭਾਰਤ ਦੇ ਇੰਡਸ ਅਤੇ ਗੰਗਾ ਦੇ ਮੈਦਾਨਾਂ ਨੂੰ ਛੱਡ ਕੇ ਬਾਕੀ ਦੇ ਸਾਰੇ ਭਾਰਤ ਵਿੱਚੋਂ ਮਿਲਦੇ ਨੇ। ਮਤਲਬ ਜਿਹੜੇ ਮੈਦਾਨੀ ਏਰੀਆ ਸੀ ਉਹਦੇ ਵਿੱਚੋਂ ਆਪਾਂ ਨੂੰ ਇਸ ਏਜ ਦੇ ਜਿਹੜੇ ਸਬੂਤ ਨੇਗੇ ਆਪਾਂ ਨੂੰ ਨਹੀਂ ਮਿਲਦੇ, ਬਾਕੀ ਪੂਰੇ ਭਾਰਤ ਤੋਂ ਆਪਾਂ ਨੂੰ ਇਹ ਜਿਹੜੇ ਸਬੂਤ ਨੇਗੇ ਮਿਲਦੇ ਨੇਗੇ। ਇਸ ਸਮੇਂ ਦੇ ਮਨੁੱਖ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਸੀ, ਜਾਂ ਮਤਲਬ ਭੋਜਨ ਇਕੱਠਾ ਕਰਦੇ ਸੀ ਸ਼ਿਕਾਰ ਕਰਕੇ। ਸ਼ਿਕਾਰ ਕਰਦੇ ਸੀ ਉਹ ਜੰਗਲਾਂ ਦੇ ਵਿੱਚ ਹੀ ਰਹਿੰਦੇ ਸੀਗੇ, ਮਤਲਬ ਉੱਚੀਆਂ ਜਗ੍ਹਾ ਦੇ ਉੱਤੇ ਰਹਿੰਦੇ ਸੀਗੇ, ਇਹ ਨਹੀਂ ਗਾ ਵੀ ਨੀਵੀਂ ਜਗ੍ਹਾ ਦੇ ਉੱਤੇ ਪਹਾੜਾਂ ਪਹੁੜਾਂ 'ਤੇ ਰਹਿੰਦੇ ਸੀਗੇ। ਇਹਨਾਂ ਦੇ ਰਹਿਣ ਸਹਿਣ ਪਹਾੜਾਂ 'ਤੇ ਹੁੰਦਾ ਸੀਗਾ, ਪਹਾੜਾਂ ਵਿੱਚ ਗੁਫਾਵਾਂ ਬਣਾ ਕੇ ਰਿਹਾ ਕਰਦੇ ਸਨ। ਇਹਨਾਂ ਮਨੁੱਖਾਂ ਨੂੰ ਖੇਤੀਬਾੜੀ, ਅੱਗ ਅਤੇ ਮਿੱਟੀ ਦੇ ਭਾਂਡਿਆਂ ਦਾ ਕੋਈ ਗਿਆਨ ਨਹੀਂ ਸੀਗਾ। ਮਤਲਬ ਜਿਹੜੇ ਇਸ ਪੀਰੀਅਡ ਦੇ ਲੋਕ ਸੀਗੇ ਨਾ ਤਾਂ ਉਹਨਾਂ ਨੂੰ ਖੇਤੀਬਾੜੀ ਦਾ ਪਤਾ ਸੀ, ਨਾ ਉਹਨਾਂ ਨੂੰ ਅੱਗ ਦਾ ਪਤਾ ਸੀ, ਨਾ ਦੀ ਉਹਨਾਂ ਨੂੰ ਮਿੱਟੀ ਦੇ ਭਾਂਡਿਆਂ ਦਾ ਪਤਾ ਸੀ। ਪੈਲੋਲੈਥਿਕ ਏਜ ਦੇ ਅਖੀਰਲੇ ਸਮੇਂ ਦੇ ਵਿੱਚ ਹੀ ਹੋਮੋਸੇਪੀਅਨ ਆਏ ਸੀਗੇ, ਮਤਲਬ ਪੈਲੋਲੈਥਿਕ ਪੀਰੀਅਡ ਦਾ ਲਾਸਟ ਫੇਜ਼ ਸੀਗਾ ਜਦੋਂ ਹੋਮੋਸੇਪੀਅਨ ਆਉਂਦੇ ਨੇਗੇ। ਹੋਮੋਸੇਪੀਅਨ ਨੇ ਜਿਹੜੇ ਉਹ ਸ਼ਿਕਾਰ ਕਰਨ ਦੇ ਲਈ
ਪੱਥਰ ਦੇ ਅਲੱਗ ਅਲੱਗ ਟੁੱਟੇ ਹੋਏ ਜਿਹੜੇ ਟੁਕੜੇ ਸੀਗੇ ਪਹਾੜ ਤੋਂ ਨੈਚੁਰਲ ਤੌਰ ਤੇ ਜਿਹੜੇ ਟੁੱਟੇ ਹੁੰਦੇ ਨੇ ਟੁਕੜੇ ਉਹਨਾਂ ਦੀ ਵਰਤੋਂ ਕਰਦੇ ਸੀਗੇ। ਉਹਨਾਂ ਨੂੰ ਪਹਾੜ ਦੇ ਜਿਹੜੇ ਟੁਕੜੇ ਹੁੰਦੇ ਸੀਗੇ ਉਹ ਪੱਥਰ ਹੁੰਦੇ ਸੀਗੇ ਉਹਨਾਂ ਨੂੰ ਕਰਕੇ ਉਹਨਾਂ ਨੂੰ ਤਿੱਖੇ ਕਰਨਾ ਉਹਨਾਂ ਨੇ ਇਸ ਪੀਰੀਅਡ ਦੇ ਵਿੱਚ ਨਹੀਂ ਸਿੱਖਿਆ ਸੀਗਾ। ਇਹ ਜਿਹੜੇ ਔਜ਼ਾਰ ਹੁੰਦੇ ਸੀਗੇ ਇਹਨਾਂ ਦੇ ਟੁੱਟੇ ਹੋਏ ਟੁਕੜਿਆਂ ਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ, ਕਿਹੜੇ ਕਿਹੜੇ ਤਰ੍ਹਾਂ ਦੇ ਜਿਹੜੇ ਹਥਿਆਰ ਸੀਗੇ ਉਸ ਸਮੇਂ ਹੁੰਦੇ ਸੀਗੇ? ਤਾਂ ਇਹ ਹੁੰਦੇ ਸੀਗੇ ਹੈਂਡ ਐਕਸਸ, ਕਲੇਵਸ, ਚੋਪਰ ਅਤੇ ਬਲੇਡ ਆਰ। ਮਤਲਬ ਤਿੱਖੇ ਜਿਹੜੇ ਹੁੰਦੇ ਨੇ ਨਾ ਪੱਥਰ ਉਹਨਾਂ ਨੂੰ ਇਹ ਵਰਤਦੇ ਸੀਗੇ। ਪੱਥਰ ਦੇ ਬਣੇ ਔਜ਼ਾਰਾਂ ਨੂੰ ਕੁਆਰਸਾਈਟ ਕਿਹਾ ਜਾਂਦਾ ਸੀਗਾ। ਕੁਆਰਸਾਈਟ ਮਤਲਬ ਪੱਥਰ ਦੇ ਜਿਹੜੇ ਟੁਕੜੇ ਸੀਗੇ ਤਿੱਖੇ ਜਾਂ ਮਤਲਬ ਕੁਦਰਤੀ ਤੌਰ ਤੇ ਬਣੇ ਹੋਏ ਜਿਹੜੇ ਪੱਥਰ ਦੇ ਟੁਕੜੇ ਹੁੰਦੇ ਸੀਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀਗਾ? ਕੁਆਰਸਾਈਟ ਕਿਹਾ ਜਾਂਦਾ ਸੀ। ਅਤੇ ਪੈਲੋਲੀਥਿਕ ਮਨੁੱਖ ਨੂੰ ਕੁਆਰਸਾਈਟ ਮਨੁੱਖ ਕਿਹਾ ਜਾਂਦਾ ਸੀਗਾ। ਅਤੇ ਇਹਨਾਂ ਦੀ ਜਿਹੜੀ ਜਾਤੀ ਸੀਗੀ ਉਹ ਨੀਗਰੇਟੋ ਜਾਤੀ ਹੁੰਦੀ ਸੀਗੀ, ਜਿਹੜੇ ਪੈਲੋਲੀਥਿਕ ਪੀਰੀਅਡ ਦੇ ਵਿੱਚ ਜਿਹੜੇ ਮਨੁੱਖ ਹੁੰਦੇ ਸੀਗੇ। ਜੇਕਰ ਪੈਲੋਲੀਥਿਕ ਏਜ ਨੂੰ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਏਜ ਨੂੰ ਭਾਰਤ ਦੇ ਵਿੱਚ ਤਿੰਨ ਫੇਜ਼ਾਂ ਦੇ ਵਿੱਚ ਵੰਡਿਆ ਗਿਆ ਵਾ। ਕਿਹੜੀਆਂ ਕਿਹੜੀਆਂ ਨੇਗੀਆਂ ਉਹ? ਮੁੱਢਲੀ ਪੈਲੋਲੀਥਿਕ ਫੇਜ਼, ਵਿਚਕਾਰਲੀ ਪੈਲੋਲੀਥਿਕ ਫੇਜ਼, ਨਿਊ ਜਾਂ ਉੱਪਰੀ ਪੈਲੋਲੀਥਿਕ ਫੇਜ਼। ਇਹ ਫੇਜ਼ਾਂ ਦੇ ਵਿੱਚ ਭਾਰਤ ਦੇ ਵਿੱਚ ਇਸ ਪੀਰੀਅਡ ਨੂੰ ਵੰਡਿਆ ਗਿਆ ਵਾ। ਭਾਰਤ ਵਿੱਚ ਅਰਲੀ ਜਾਂ ਮੁੱਢਲੀ ਪੈਲੋਲੀਥਿਕ ਏਜ ਦੇ ਜਿਹੜੇ ਸਬੂਤ ਨੇਗੇ ਉਹ ਸੋਨ ਵੈਲੀ ਪੰਜਾਬ, ਮੇਲਨ ਵੈਲੀ ਉੱਤਰ ਪ੍ਰਦੇਸ਼ ਤੋਂ ਮਿਲਦੇ ਹਨ। ਇਸ ਸਮੇਂ ਆਈਸ ਏਜ ਜਿਹੜੀ ਸੀਗੀ ਉਹ ਗਰਮੀ ਹੋਣ ਕਾਰਨ ਖਤਮ ਹੋ ਗਈ ਸੀ। ਮਤਲਬ ਉਹ ਜਿਹੜੀ ਆਈਸ ਏਜ ਦਾ ਸਮਾਂ ਚੱਲ ਰਿਹਾ ਸੀਗਾ ਹੁਣ ਟੈਂਪਰੇਚਰ ਸੀਗਾ ਜਿਹੜਾ ਗਰਮ ਹੋ ਰਿਹਾ ਸੀਗਾ, ਮਤਲਬ ਕਲਾਈਮੇਟ ਸੀਗਾ ਜਿਹੜਾ ਗਰਮ ਹੋ ਰਿਹਾ ਸੀ, ਉਹਦੇ ਕਾਰਨ ਜਿਹੜੀ ਹੈਗੀ ਬਰਫ਼ ਉਹ ਪਿਘਲਣੀ ਸ਼ੁਰੂ ਹੋ ਜਾਂਦੀ ਹੈਗੀ। ਮਿਡਲ ਵਿਚਕਾਰਲੀ ਪੈਲੋਲੀਥਿਕ ਏਜ ਦੇ ਸਬੂਤ ਭਾਰਤ ਦੀ ਸੋਨ ਵੈਲੀ, ਨਰਮਦਾ ਵੈਲੀ ਅਤੇ ਤੁੰਗਭਦਰਾ ਵੈਲੀ ਤੋਂ ਮਿਲਦੇ ਹਨ। ਜਿਹੜੀ ਮਿਡਲਲੀ ਪੈਲੋਲੀਥਿਕ ਫੇਜ ਸੀਗੀ ਜਾਂ ਪੈਲੋਲੀਥਿਕ ਏਜ ਸੀਗਾ ਉਹਦੇ ਜਿਹੜੇ ਸਬੂਤ ਨੇਗੇ ਆਪਾਂ ਨੂੰ ਸੋਨ ਵੈਲੀ, ਨਰਮਦਾ, ਤੁੰਗਭਦਰਾ ਵੈਲੀ ਤੋਂ ਮਿਲਦੇ ਹਨ। ਅਪਰ ਪੈਲੋਲੀਥਿਕ ਏਜ ਦੇ ਸਮੇਂ ਕਲਾਈਮੇਟ ਜਿਹੜਾ ਉਹ ਗਰਮ ਹੋ ਗਿਆ ਸੀਗਾ, ਮਤਲਬ ਜ਼ਿਆਦਾ ਗਰਮ ਹੋ ਗਿਆ ਸੀ ਪਹਿਲਾਂ ਨਾਲੋਂ। ਇਸ ਏਜ ਦੇ ਸਬੂਤ ਸਾਨੂੰ ਭੋਪਾਲ ਦੀਆਂ ਗੁਫਾਵਾਂ ਤੋਂ ਮਿਲਦੇ ਹਨ। ਅੱਗੇ ਆ ਜਾਂਦੇ ਹਾਂ ਜੀ, ਅੱਗੇ ਆ ਜਾਂਦਾ ਵਾ ਮੈਸੋਲੀਥਿਕ ਈਰਾ ਜਿਹੜਾ ਹੈਗਾ 10,000 to 7,000 BC, 10,000 to 7,000 BC ਦੇ ਵਿੱਚ ਮੈਸੋਲੀਥਿਕ ਈਰਾ ਜਿਹੜਾ ਉਹ ਚੱਲਦਾ ਵਾ। ਮੈਸੋਲੀਥਿਕ ਪੀਰੀਅਡ ਇੱਕ ਅਜਿਹਾ ਪੀਰੀਅਡ ਸੀ ਜਿਸ ਵਿੱਚ ਮਨੁੱਖੀ ਵਿਵਹਾਰ ਅਤੇ ਉਹਨਾਂ ਦੇ ਹਥਿਆਰਾਂ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਕਲਾਈਮੇਟ ਵੀ ਗਰਮ ਹੋ ਰਿਹਾ ਸੀ, ਬਰਫ਼ ਪਿਘਲ ਰਹੀ ਸੀ। ਉਹੀ ਗੱਲ ਆ ਜਾਂਦੀ ਵੀ ਕਲਾਈਮੇਟ ਪਿਘਲਣਾ ਜਿਹੜਾ ਵਾ ਉਹ ਪੈਲੋਲੀਥਿਕ ਏਜ ਦੇ ਜਿਹੜੇ ਲਾਸਟ ਫੇਜ਼ ਉਹਦੇ ਵਿੱਚ ਹੋ ਹੀ ਜਾਂਦਾ ਤਕਰੀਬਨ। ਉਸ ਤੋਂ ਬਾਅਦ ਮੈਸੋਲੀਥਿਕ ਈਰਾ ਦੇ ਆਉਣ ਤੱਕ ਜਿਹੜੀ ਹੈਗੀ ਬਰਫ਼ ਕਾਫ਼ੀ ਪਿਘਲ ਜਾਂਦੀ ਹੈਗੀ, ਮਤਲਬ ਧਰਤੀ ਹੈ ਜਿਹੜੀ ਉਹ ਨੰਗੀ ਹੋਣੀ ਸ਼ੁਰੂ ਹੋ ਜਾਂਦੀ ਹੈਗੀ। ਇਸ ਦਾ ਜਿਹੜਾ ਪ੍ਰਭਾਵ ਆ ਫਲੋਰਾ ਅਤੇ ਫੌਨਾ 'ਤੇ ਵੀ ਹੋਇਆ, ਕਿਉਂਕਿ ਕਲਾਈਮੇਟ ਗਰਮ ਹੋ ਰਿਹਾ ਸੀ, ਇਸ ਨਾਲ ਮਨੁੱਖਾਂ ਦਾ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣਾ ਸ਼ੁਰੂ ਹੋ ਜਾਂਦਾ ਵਾ। ਮਤਲਬ ਮਨੁੱਖ ਨੇਗੇ ਜਿਹੜੇ ਉਹ ਉਹਨਾਂ ਨੂੰ ਧਰਤੀ ਮਿਲਣ ਲੱਗ ਜਾਂਦੀ ਹੈਗੀ, ਮਤਲਬ ਜਿਹੜੀ ਬਰਫ਼ ਵੀ ਪਿਘਲ ਜਾਂਦੀ ਹੈ ਤਾਂ ਉਹਨਾਂ ਨੂੰ ਧਰਤੀ ਮਿਲਣ ਲੱਗ ਜਾਂਦੀ ਹੈਗੀ, ਨਵੀਂ ਨਵੀਂ ਧਰਤੀ ਮਿਲਦੀ, ਉਹ ਨਵੀਂ ਨਵੀਆਂ ਥਾਵਾਂ ਦੇ ਉੱਤੇ ਜਾਣਾ ਸ਼ੁਰੂ ਕਰ ਦਿੰਦੀ ਹੈ। ਉਸ ਸਮੇਂ ਮਨੁੱਖ ਨੇ ਸ਼ਿਕਾਰ ਕਰਨ ਦੇ ਨਾਲ ਨਾਲ ਮੱਛੀਆਂ ਨੂੰ ਫੜਨਾ ਵੀ ਸਿੱਖ ਲਿਆ ਸੀਗਾ। ਮੈਸੋਲੀਥਿਕ ਜਿਹੜੀ ਪੀਰੀਅਡ ਹੈਗਾ ਇਹਦੇ ਵਿੱਚ ਪਹਿਲਾਂ ਤਾਂ ਉਹ ਸ਼ਿਕਾਰ ਕਰਦੇ ਹੁੰਦੇ ਸੀਗੇ ਪੈਲੋਲੀਥਿਕ ਪੀਰੀਅਡ ਦੇ ਵਿੱਚ। ਮੈਸੋਲੀਥਿਕ ਪੀਰੀਅਡ ਦੇ ਵਿੱਚ ਇਹਨਾਂ ਨੇ ਸ਼ਿਕਾਰ ਕਰਨ ਦੇ ਨਾਲ ਨਾਲ ਮੱਛੀ ਨੂੰ ਫੜਨਾ ਵੀ ਸਿੱਖ ਲਿਆ ਸੀ। ਜਿੱਥੇ ਉਹ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਂਦੇ ਸੀ, ਉੱਥੇ ਹੀ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਛੋਟੇ ਜੀਵਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਦੇਖੋ ਵੱਡੇ ਜਾਨਵਰਾਂ ਨੂੰ ਪਹਿਲਾਂ ਸ਼ਿਕਾਰ ਕਰਦੇ ਸੀਗੇ, ਵੱਡੇ ਜਾਨਵਰ ਸੀਗੇ ਜਿਹੜੇ ਉਹ ਖਤਰਨਾਕ ਵੀ ਹੁੰਦੇ ਸੀਗੇ,
ਖਤਰਨਾਕ ਹੁੰਦੇ ਸੀਗੇ, ਤਾਂ ਕਰਕੇ ਉਹਦੇ ਨਾਲ ਮਨੁੱਖਾਂ ਦੀ ਜਿਹੜੀ ਜਾਨੀ ਨੁਕਸਾਨ ਹੈਗਾ ਉਹ ਵੀ ਹੋ ਜਾਂਦਾ ਸੀਗਾ। ਇਸ ਕਰਕੇ ਇਸ ਪੀਰੀਅਡ ਤੱਕ ਆਉਂਦੇ ਆਉਂਦੇ ਉਹਨਾਂ ਨੇ ਜਿੱਥੇ ਉਹ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਦੇ ਉੱਥੇ ਹੀ ਉਹਨਾਂ ਨੇ ਛੋਟੇ ਜਾਨਵਰਾਂ ਦਾ ਜਿਹੜਾ ਸ਼ਿਕਾਰ ਕਰਨਾ ਇਹ ਵੀ ਸਿੱਖ ਲਿਆ ਸੀਗਾ। ਉਸ ਤੋਂ ਬਾਅਦ ਇਸ ਪੀਰੀਅਡ ਦੇ ਲਾਸਟ ਤੱਕ ਮਨੁੱਖ ਨੇ ਪਸ਼ੂ ਪਾਲਣਾ ਸਿੱਖ ਲਿਆ ਸੀ ਅਤੇ ਖੇਤੀਬਾੜੀ ਕਰਨ ਦੇ ਥੋੜ੍ਹੇ ਬਹੁਤੇ ਜਿਹੜੇ ਸਬੂਤ ਨੇ ਉਹ ਵੀ ਇਸ ਪੀਰੀਅਡ ਦੇ ਆਪਾਂ ਨੂੰ ਮਿਲਦੇ ਹਨ। ਇਸ ਪੀਰੀਅਡ ਵਿੱਚ ਮਨੁੱਖ ਜੋ ਔਜ਼ਾਰਾਂ ਦੀ ਵਰਤੋਂ ਕਰਦੇ ਸਨ ਉਹਨਾਂ ਨੂੰ ਮਾਈਕਰੋਲਿਥ ਕਿਹਾ ਜਾਂਦਾ ਸੀਗਾ, ਮਤਲਬ ਅੱਗੇ ਤੋਂ ਨਕੀਲੇ ਹਥਿਆਰ ਹੁੰਦੇ ਸਨ। ਇਹ ਜਿਹੜੇ ਹਥਿਆਰ ਸੀਗੇ ਇਹ ਅੱਗੇ ਤੋਂ ਨਕੀਲੇ ਹੁੰਦੇ ਸੀਗੇ ਤੇ ਇਹਨਾਂ ਦੀ ਜਿਹੜੀ ਲੰਬਾਈ ਹੈਗੀ ਉਹ 5 ਸੈਂਟੀਮੀਟਰ ਤੋਂ ਛੋਟੀ ਹੁੰਦੀ ਸੀ, ਮਤਲਬ ਆਹ ਹੁੰਦਾ ਉਹਦਾ ਇੰਨਾ ਕੁ ਹੁੰਦਾ 5 ਸੈਂਟੀਮੀਟਰ। ਇਦੋਂ ਵੀ ਛੋਟੇ ਹਥਿਆਰ ਹੁੰਦੇ ਸੀਗੇ ਉਹਨਾਂ ਦੇ, ਤਿੱਖੇ ਹੁੰਦੇ ਸੀਗੇ, ਨਕੀਲੇ ਹੁੰਦੇ ਸੀ। ਉਹ ਮੰਨ ਕੇ ਚਲੋ ਵੀ ਤੁਸੀਂ ਕਿਸੇ ਲੱਕੜ ਲੁੱਕੜ ਉਹਨਾਂ ਨੂੰ ਮਿਲ ਜਾਂਦੀ ਸੀ ਤਾਂ ਉਹਦੇ ਮੂਹਰੇ ਉਹਨਾਂ ਨੂੰ ਬੰਨ ਕੇ ਉਹਦੇ ਨਾਲ ਸ਼ਿਕਾਰ ਕਰਦੇ ਹੁੰਦੇ ਸੀਗੇ। ਭਾਰਤ ਦੇ ਉੱਤਰ ਪ੍ਰਦੇਸ਼ ਚ ਆਲਮਗੜ੍ਹ ਅਤੇ ਰਾਜਸਥਾਨ ਦੇ ਭੰਗੌਰ ਤੋਂ ਪਸ਼ੂ ਪਾਲਣ ਦੇ ਜਿਹੜੇ ਸਭ ਤੋਂ ਪਹਿਲੇ ਸਬੂਤ ਮਿਲਦੇ ਨੇ, ਮਤਲਬ ਭਾਰਤ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਪਹਿਲੇ ਜਿਹੜੇ ਪਸ਼ੂ ਪਾਲਣੇ ਕਿਹੜੀ ਏਰੀਏ ਦੇ ਵਿੱਚ ਸ਼ੁਰੂ ਹੋਏ ਸੀ ਤਾਂ ਉਹ ਹੋਏ ਸੀਗੇ ਆਲਮਗੜ੍ਹ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਭੰਗੌਰ ਤੋਂ। ਇਹਨਾਂ ਥਾਵਾਂ ਤੋਂ ਹੀ ਸਾਨੂੰ ਪਤਾ ਲੱਗਦਾ ਹੈ ਵੀ ਸਭ ਤੋਂ ਪਹਿਲਾਂ ਦੇ ਜਿਹੜੇ ਮਨੁੱਖ ਨੇ ਉਹਨਾਂ ਨੇ ਇੱਥੇ ਹੀ ਪਸ਼ੂਆਂ ਨੂੰ ਪਾਲਣਾ ਸਿੱਖਿਆ ਹੈ। ਮੈਸੋਲਿਥਿਕ ਪੀਰੀਅਡ ਚ ਮਨੁੱਖ ਦੁਆਰਾ ਕੀਤੀਆਂ ਗਈਆਂ ਪੇਂਟਿੰਗਾਂ, ਮੈਸੋਲਿਥਿਕ ਪੀਰੀਅਡ ਦੇ ਵਿੱਚ ਮਨੁੱਖ ਦੁਆਰਾ ਕੀਤੀਆਂ ਗਈਆਂ ਪੇਂਟਿੰਗਾਂ ਦਾ ਸਾਨੂੰ ਸਬੂਤ ਹੈ ਜਿਹੜਾ ਉਹ ਭੰਬੇੜਕਾ ਮੱਧ ਪ੍ਰਦੇਸ਼ ਤੋਂ ਮਿਲਦਾ ਹੈ। ਮਤਲਬ ਇਸ ਪੀਰੀਅਡ ਚ ਮਨੁੱਖ ਨੇ ਪੇਂਟਿੰਗ ਕਰਨੀ ਵੀ ਸਿੱਖ ਲਈ ਸੀ ਇਸ ਪੀਰੀਅਡ ਦੇ ਵਿੱਚ, ਮੈਸੋਲਿਥਿਕ ਪੀਰੀਅਡ ਦੇ ਵਿੱਚ ਜਿਹੜੇ ਇਨਸਾਨ ਸੀਗੇ ਉਹਨਾਂ ਨੇ ਪੇਂਟਿੰਗ ਕਰਨੀ ਵੀ ਸਿੱਖ ਲਈ ਸੀ। ਇਸ ਸਥਾਨ ਤੋਂ ਹੀ ਪ੍ਰੀ ਹਿਸਟੋਰਿਕ ਪੇਂਟਿੰਗ ਦੇ ਬਾਰੇ ਪਤਾ ਲੱਗਦਾ, ਮਤਲਬ ਜਿਹੜੀਆਂ ਪ੍ਰੀ ਹਿਸਟੋਰਿਕ ਪੇਂਟਿੰਗਾਂ ਸੀਗੀਆਂ ਪਿਛਲੇ ਸਮੇਂ ਦੀਆਂ ਜਿਹੜੀਆਂ ਪੇਂਟਿੰਗਾਂ ਬਣਾਈਆਂ ਹੋਈਆਂ ਸੀਗੀਆਂ ਮਾੜੀਆਂ ਮੋਟੀਆਂ ਛੋਟੀਆਂ ਮੋਟੀਆਂ ਉਹ ਉਹਨਾਂ ਦਾ ਵੀ ਸਾਨੂੰ ਪਤਾ ਲੱਗਦਾ ਵਾ ਇਸ ਮੈਸੋਲਿਥਿਕ ਪੀਰੀਅਡ ਦੇ ਵਿੱਚ। ਇਹਨਾਂ ਪੇਂਟਿੰਗਾਂ ਤੋਂ ਹੀ ਸਾਨੂੰ ਉਸ ਸਮੇਂ ਦੇ ਲੋਕਾਂ ਦੇ ਜੀਵਨ ਅਤੇ ਆਰਥਿਕ ਗਤੀਵਿਧੀਆਂ ਦੇ ਬਾਰੇ ਪਤਾ ਲੱਗਦਾ ਵਾ ਵੀ ਉਸ ਸਮੇਂ ਦੇ ਜਿਹੜੇ ਲੋਕ ਸੀਗੇ ਉਹ ਉਹਨਾਂ ਦਾ ਜੀਵਨ ਕਿਵੇਂ ਸੀ, ਰਹਿਣ ਸਹਿਣ ਕਿਵੇਂ ਸੀਗਾ ਤੇ ਉਹ ਆਰਥਿਕ ਕੰਮਾਂ ਦੇ ਲਈ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਕਰਦੇ ਸੀਗੇ। ਸਾਨੂੰ ਵੇਲਨ ਵੈਲੀ ਵਿਧਿਆਂਚਲ ਅਤੇ ਨਰਮਦਾ ਵੈਲੀ ਦੇ ਮਿਡਲ ਪਾਰਟ ਤੋਂ ਤਿੰਨਾਂ ਪੀਰੀਅਡਾਂ ਦੇ ਜਿਹੜੇ ਸਬੂਤ ਉਹ ਮਿਲਦੇ ਨੇ, ਮਤਲਬ ਪੈਲੋਲੈਥਿਕ, ਮੈਸੋਲੈਥਿਕ ਤੇ ਨਿਓਲੈਥਿਕ। ਇਹਨਾਂ ਤਿੰਨਾਂ ਪੀਰੀਅਡਾਂ ਦੇ ਜਿਹੜੇ ਸਬੂਤ ਨੇ ਆਪਾਂ ਨੂੰ ਉਹ ਮਿਲਦੇ ਨੇ ਵੇਲਨ ਵੈਲੀ ਵਿਧਿਆਂਚਲ ਅਤੇ ਨਰਮਦਾ ਵੈਲੀ ਦੇ ਵਿਚਾਲੜਲੇ ਪਾਰਟ ਤੋਂ। ਨਰਮਦਾ ਨਦੀ ਸਮੂਪਤੀ ਆ ਮੱਧ ਪ੍ਰਦੇਸ਼ ਦੇ ਉੱਤਰ ਦੇ ਵਿੱਚ ਪੈਂਦੀ ਆ, ਉਹਦਾ ਜਿਹੜਾ ਮਿਡਲ ਪਾਰਟ ਹੈਗਾ ਉਹਦੇ ਤੋਂ ਸਾਨੂੰ ਇਹਨਾਂ ਤਿੰਨਾਂ ਪੀਰੀਅਡਾਂ ਦੇ ਜਿਹੜੇ ਸਬੂਤ ਨੇ ਮਿਲਦੇ ਨੇ, ਪੈਲੋਲੈਥਿਕ ਦੇ ਵੀ, ਮੈਸੋਲੈਥਿਕ ਦੇ ਵੀ, ਨਿਓਲੈਥਿਕ ਦੇ ਵੀ। ਇਸ ਪੀਰੀਅਡ ਦੇ ਵਿੱਚ ਹੀ ਮਨੁੱਖ ਨੇ ਇੱਕ ਥਾਂ ਤੇ ਲੰਬੇ ਸਮੇਂ ਤੱਕ ਰਹਿਣਾ ਸਿੱਖਿਆ ਸੀ, ਮਤਲਬ ਇਸੇ ਪੀਰੀਅਡ ਦੇ ਵਿੱਚ ਹੀ ਪਹਿਲਾਂ ਜਿਹੜੇ ਮਨੁੱਖ ਸੀਗੇ ਉਹ ਇੱਕ ਜਗ੍ਹਾ ਦੇ ਉੱਤੋਂ ਦੂਜੀ ਥਾਂ ਦੇ ਤੁਰਦੇ ਫਿਰਦੇ ਰਹਿੰਦੇ ਸੀ, ਮਤਲਬ ਕੋਈ ਲੰਬਾ ਸਮਾਂ ਇੱਕ ਜਗ੍ਹਾ ਦੇ ਉੱਤੇ ਉਹ ਟਿਕਾਣਾ ਬਣਾ ਕੇ ਨਹੀਂ ਰਹਿੰਦੇ ਸੀ। ਮਤਲਬ ਇਸ ਪੀਰੀਅਡ ਦੇ ਵਿੱਚ, ਮੈਸੋਲਿਥਿਕ ਪੀਰੀਅਡ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗਦਾ ਵਾ ਵੀ ਜਿਹੜੇ ਮਨੁੱਖ ਨੇਗੇ ਉਹ ਲੰਬੇ ਸਮੇਂ ਤੱਕ ਰਹਿਣਾ ਸਿੱਖ ਕੇ ਰਹਿੰਦੇ ਨੇਗੇ ਇਸ ਪੀਰੀਅਡ ਦੇ ਵਿੱਚ। ਹੁਣ ਦੇਖਦੇ ਹਾਂ ਮੈਸੋਲਿਥਿਕ ਪੀਰੀਅਡ ਦੇ ਮਹੱਤਵਪੂਰਨ ਕੁਝ ਜਿਹੜੇ ਸਥਾਨ ਨੇਗੇ, ਜਿਵੇਂ ਲਾਲਗੰਜ ਗੁਜਰਾਤ ਦੇ ਵਿੱਚ, ਆਦਮਗੜ੍ਹ ਮੱਧ ਪ੍ਰਦੇਸ਼ ਦੇ ਵਿੱਚ, ਅਤੇ ਥੋੜ੍ਹੇ ਪਾਰਟ ਆਪਾਂ ਨੂੰ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਚੋਂ ਵੀ ਮਿਲਦੇ ਹਨ। ਇਸ ਪੀਰੀਅਡ ਵਿੱਚ ਹੀ ਆਪਾਂ ਨੂੰ ਕੁੱਤੇ ਅਤੇ ਹਿਰਨ ਦੀਆਂ ਹੱਡੀਆਂ ਮਿਲਦੀਆਂ ਹਨ, ਮਤਲਬ ਕੀ ਹੈਗਾ ਸਭ ਤੋਂ ਪੁਰਾਣੇ ਜਿਹੜੇ ਜਾਨਵਰ ਨੇਗੇ ਉਹ ਕੁੱਤਾ ਅਤੇ ਹਿਰਨ ਆਪਾਂ ਨੂੰ ਮਿਲੇ ਨੇਗੇ ਵੀ ਜਿਹੜੇ
ਆਪਾਂ ਨੂੰ ਜਿਹਨਾਂ ਦੀਆਂ ਹੱਡੀਆਂ ਮਿਲੀਆਂ ਨੇਗੀਆਂ ਵੀ ਸਭ ਤੋਂ ਪੁਰਾਣੇ ਜਾਨਵਰ ਕਿਹੜੇ ਹੋ ਸਕਦੇ ਨੇ, ਤੇ ਸਭ ਤੋਂ ਪੁਰਾਣੀਆਂ ਹੱਡੀਆਂ ਆਪਾਂ ਨੂੰ ਕੁੱਤੇ ਤੇ ਹਿਰਨ ਦੀ ਮਿਲੀਆਂ ਨੇਗੀਆਂ। ਇਸ ਪੀਰੀਅਡ ਦੇ ਸਬੂਤਾਂ ਚੋਂ ਇਹ ਵੀ ਸਬੂਤ ਮਿਲਦੇ ਹਨ ਵੀ ਜੇਕਰ ਕੋਈ ਮਨੁੱਖ ਮਰਦਾ ਸੀ ਤਾਂ ਉਸ ਦੀ ਕਬਰ 'ਚ ਉਸ ਦੇ ਹਥਿਆਰਾਂ ਨੂੰ ਉਸਦੇ ਨਾਲ ਹੀ ਦੱਬ ਦਿੱਤਾ ਜਾਂਦਾ ਸੀ। ਅੱਗੇ ਅੱਗੇ ਜਾਨਵਰਾਂ ਨੂੰ ਵੀ ਦੱਬ ਦਿੰਦੇ ਸੀਗੇ। ਮਤਲਬ ਜਿਹੜਾ ਮੈਸੋਲਿਥਿਕ ਪੀਰੀਅਡ ਸੀਗਾ ਇਹਦੇ ਵਿੱਚ ਆਪਾਂ ਨੂੰ ਇਹ ਵੀ ਪਤਾ ਲੱਗਦਾ ਸੀ ਜਿਹੜਾ ਇਨਸਾਨ ਮਰ ਜਾਂਦਾ ਸੀ ਜਿਹੜੇ ਉਹਦੇ ਹਥਿਆਰ ਹੁੰਦੇ ਸੀ ਉਹਨਾਂ ਨੂੰ ਵੀ ਉਸ ਦੀ ਕਬਰ ਦੇ ਵਿੱਚ ਨਾਲ ਹੀ ਲੰਬੇ ਭਰ ਦਿੱਤਾ ਜਾਂਦਾ ਸੀਗਾ। ਇਹ ਕਿਹੜੇ ਪੀਰੀਅਡ ਦੇ ਵਿੱਚ ਪਾਏ ਜਾਂਦੇ ਸੀ? ਮੈਸੋਲਿਥਿਕ ਪੀਰੀਅਡ ਦੇ ਵਿੱਚ, ਯਾਦ ਰੱਖਿਓ ਇਹ ਗੱਲ। ਅਗਲਾ ਪੀਰੀਅਡ ਆ ਜਾਂਦਾ ਜੀ ਆਪਣੇ ਲਵੇ ਨਿਊਲਿਥਿਕ ਪੀਰੀਅਡ ਜਿਹੜਾ 7000 ਤੋਂ 2500 BC ਤੱਕ ਦਾ ਸੀਗਾ। ਇਸ ਪੀਰੀਅਡ ਦੇ ਵਿੱਚ ਤਰਾਸੇ ਗਏ ਹਥਿਆਰਾਂ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਸੀ। ਇਹ ਹਥਿਆਰ ਸੀਗੇ ਜਿਹੜੇ ਬਹੁਤ ਘਾਤਕ ਹੁੰਦੇ ਸਨ, ਮਤਲਬ ਇਹਨਾਂ ਹਥਿਆਰਾਂ ਨੂੰ ਪਾਲਿਸ਼ ਕਰਕੇ ਤਿੱਖਾ ਬਣਾਇਆ ਜਾਂਦਾ ਸੀਗਾ ਨਿਊਲਿਥਿਕ ਪੀਰੀਅਡ ਦੇ ਵਿੱਚ, ਕਿਉਂਕਿ ਪਹਿਲਾਂ ਜਿਹੜੇ ਪੀਰੀਅਡ ਸੀ ਉਹਨਾਂ ਦੇ ਵਿੱਚ ਤਾਂ ਉਹਨਾਂ ਨੂੰ ਹਥਿਆਰ ਤਿੱਖੇ ਕਰਨੇ ਨਹੀਂ ਆਉਂਦੇ ਸੀਗੇ, ਨਾ ਉਹਨਾਂ ਨੂੰ ਪੈਲੋਲਿਥਿਕ ਚ ਆਉਂਦੇ ਸੀ ਨਾ ਮੈਸੋਲਿਥਿਕ ਚ ਆਉਂਦੇ ਸੀਗੇ। ਹਥਿਆਰ ਤਿੱਖੇ ਕਰਨੇ ਸਿੱਖੇ ਸੀਗੇ ਉਹ ਨਿਊਲਿਥਿਕ ਪੀਰੀਅਡ ਦੇ ਵਿੱਚ। ਇਸ ਪੀਰੀਅਡ ਦੇ ਮਨੁੱਖ ਖੇਤੀਬਾੜੀ ਕਰਦੇ ਸਨ ਅਤੇ ਇਹਨਾਂ ਨੇ ਫਲ ਮੱਕੀ ਅਤੇ ਰਾਗੀ ਵਰਗੇ ਜਿਹੜੀਆਂ ਫਸਲਾਂ ਨੇਗੀਆਂ ਉਹਨਾਂ ਨੂੰ ਉਗਾਉਣਾ ਸਿੱਖ ਲਿਆ ਸੀਗਾ। ਜਿਹੜੀ ਰਾਗੀ ਫਸਲ ਆਗੀ ਇਹ ਬਾਜਰੇ ਦੀ ਤਰ੍ਹਾਂ ਹੁੰਦੀ ਸੀ, ਹੁਣ ਵੀ ਹੁੰਦੀ ਹੈ ਕਿ ਬਾਜਰੇ ਦੀ ਤਰ੍ਹਾਂ ਹੁੰਦੀ ਹੈ ਇਹ ਫਸਲ। ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਕਿਹਾ ਜਾਂਦਾ ਵਾ ਗਰੀਬਾਂ ਦਾ ਭੋਜਨ, ਮਤਲਬ ਜਿਹੜੇ ਗਰੀਬ ਲੋਕ ਨੇਗੇ ਉਹ ਰਾਗੀ ਖਾਣਗੇ, ਰਾਗੀ ਬਾਜਰਾ। ਹੁਣ ਤਾਂ ਬਾਜਰਾ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ ਹੈਗਾ, ਪਹਿਲਾਂ ਦੀ ਗੱਲ ਆਈ ਇਹ, ਜਦੋਂ ਜਿਹੜੇ ਗਰੀਬ ਲੋਕ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਦਾ ਜਿਹੜਾ ਭੋਜਨ ਸੀਗਾ ਉਹ ਰਾਗੀ, ਉਹਨਾਂ ਦਾ ਭੋਜਨ ਸੀ ਗਰੀਬਾਂ। ਇਸ ਪੀਰੀਅਡ ਵਿੱਚ ਮਨੁੱਖਾਂ ਨੂੰ ਅੱਗ ਅਤੇ ਮਿੱਟੀ ਦੇ ਭਾਂਡੇ ਬਣਾਉਣ ਦਾ ਜਿਹੜਾ ਗਿਆਨ ਹੈਗਾ ਉਹ ਪ੍ਰਾਪਤ ਹੋਇਆ ਸੀ। ਮਤਲਬ ਜਿਹੜਾ ਨਿਊਲਿਥਿਕ ਪੀਰੀਅਡ ਸੀ ਇਹਦੇ ਵਿੱਚ ਹੀ ਅੱਗ ਅਤੇ ਮਿੱਟੀ ਦੇ ਭਾਂਡਿਆਂ ਨੂੰ ਬਣਾਉਣ ਦਾ ਜਿਹੜਾ ਮਨੁੱਖ ਨੂੰ ਗਿਆਨ ਹੋ ਗਿਆ ਸੀ, ਅਤੇ ਇਹਨਾਂ ਦੁਆਰਾ ਬਣਾਏ ਗਏ ਜਿਹੜੇ ਭਾਂਡੇ ਨੇਗੇ ਉਹ ਸਜਾਏ ਵੀ ਜਾਂਦੇ ਸੀਗੇ, ਮਤਲਬ ਉਹਨਾਂ ਦੀ ਸਜਾਵਟ ਕੀਤੀ ਹੁੰਦੀ ਸੀਗੀ। ਸਜਾਵਟ ਕੀਤੀ ਹੋਈ ਜਿਹੜੇ ਭਾਂਡੇ ਨੇਗੇ ਉਹ ਆਪਾਂ ਨੂੰ ਇਸਦੇ ਜਿਹੜੇ ਸਬੂਤ ਨੇਗੇ ਆਪਾਂ ਨੂੰ ਮਿਲਦੇ ਨੇਗੇ ਇਸ ਪੀਰੀਅਡ ਦੇ। ਇਸ ਪੀਰੀਅਡ ਵਿੱਚ ਮਨੁੱਖ ਗੁਫਾਵਾਂ ਵਿੱਚ ਹੀ ਰਹਿੰਦੇ ਸਨ, ਮਤਲਬ ਹਜੇ ਵੀ ਉਹ ਗੁਫਾਵਾਂ ਤੋਂ ਬਾਹਰ ਉਹਨਾਂ ਨੇ ਰਹਿਣਾ ਸਿੱਖਿਆ ਨਹੀਂ ਸੀਗਾ, ਗੁਫਾਵਾਂ ਦੇ ਵਿੱਚ ਹੀ ਰਹਿੰਦੇ ਸਨ। ਇਹਨਾਂ ਦੀਆਂ ਗੁਫਾਵਾਂ ਵਿੱਚੋਂ ਸ਼ਿਕਾਰ ਕਰਦੇ ਅਤੇ ਨੱਚਣ ਦੀ ਕਲਾ ਦੇ ਚਿੱਤਰ ਮਿਲਦੇ ਹਨ। ਮਤਲਬ ਜਿਹੜੀਆਂ ਇਹਨਾਂ ਦੀਆਂ ਗੁਫਾਵਾਂ ਨੇਗੀਆਂ ਉਹਨਾਂ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਸਬੂਤ ਮਿਲਦੇ ਨੇ? ਸ਼ਿਕਾਰ ਕਰਦੇ ਹੋਏ ਇਹਨਾਂ ਦੀਆਂ ਜਿਹੜੀਆਂ ਪੇਂਟਿੰਗਾਂ ਉਹਨਾਂ ਦੀਆਂ ਗੁਫਾਵਾਂ ਦੇ ਵਿੱਚ ਅੰਕਿਤ ਕੀਤੀਆਂ ਹੋਈਆਂ ਸੀਗੀਆਂ, ਜਾਂ ਨੱਚਣ ਕਲਾ ਦੇ ਜਿਹੜੇ ਉਹਨਾਂ ਦੇ ਚਿੱਤਰ ਸੀਗੇ ਗੁਫਾਵਾਂ ਦੇ ਵਿੱਚ ਬਣਾਏ ਹੋਏ ਸੀਗੇ, ਉਹ ਆਪਾਂ ਨੂੰ ਮਿਲਦੇ ਨੇਗੇ ਨਿਊਲਿਥਿਕ ਪੀਰੀਅਡ ਦੇ ਸਮੇਂ ਦੇ। ਮਨੁੱਖ ਨੇ ਕਿਸ਼ਤੀ ਬਣਾਉਣਾ, ਕੱਪੜਾ ਬਣਾਉਣਾ ਵੀ ਸਿੱਖ ਲਿਆ ਸੀਗਾ ਇਸ ਪੀਰੀਅਡ ਦੇ ਵਿੱਚ। ਮਤਲਬ ਮਨੁੱਖ ਨੇ ਕੱਪੜਾ ਬਣਾਉਣਾ ਅਤੇ ਜਿਹੜੀਆਂ ਕਿਸ਼ਤੀਆਂ ਨੇ ਪਾਣੀ ਦੇ ਵਿੱਚ ਨਹਿਰ ਜਾਂ ਨਦੀ ਪਾਰ ਕਰਨ ਦੇ ਲਈ ਬਣਾਈਆਂ ਗਏ ਜਿਹੜੇ ਸਾਧਨ ਸੀਗੇ ਉਹਨਾਂ ਦੇ ਜਿਹੜੇ ਸਬੂਤ ਨੇਗੇ ਉਹ ਆਪਾਂ ਨੂੰ ਮਿਲਦੇ ਨੇ। ਅੱਗੇ ਦੇਖਦੇ ਹਾਂ ਕਿ ਨਿਊਲਿਥਿਕ ਪੀਰੀਅਡ ਦੇ ਕੁਝ ਮਹੱਤਵਪੂਰਨ ਸਥਾਨ। ਜੰਮੂ ਕਸ਼ਮੀਰ ਦੇ ਵਜਰੋਹਣ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਸ ਪੀਰੀਅਡ ਦੇ ਵਿੱਚ ਜੇਕਰ ਕੋਈ ਮਨੁੱਖ ਮਰ ਜਾਂਦਾ ਸੀ ਤਾਂ ਉਸਦੇ ਦੁਆਰਾ ਪਾਲੇ ਗਏ ਕੁੱਤੇ ਮੋਸ ਦੇ ਨਾਲ ਹੀ ਉਸਦੀ ਕਬਰ ਦੇ ਵਿੱਚ ਦਫਨਾ ਦਿੱਤਾ ਜਾਂਦਾ ਸੀਗਾ। ਮਤਲਬ ਜੰਮੂ ਕਸ਼ਮੀਰ ਦੇ ਵਜਰੋਹਣ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਜਿਹੜੇ ਉਸ ਸਮੇਂ ਦੇ ਨਿਊਲਿਥਿਕ ਪੀਰੀਅਡ ਕਾਲ ਦੇ ਜਿਹੜੇ ਸਮੇਂ ਦੀ ਗੱਲ ਚੱਲਦੀ ਆ ਵੀ ਉਸ ਸਮੇਂ ਦੇ ਜਿਹੜੇ ਮਾਲਕ ਸੀ ਜੇ ਕੋਈ ਮਰ ਜਾਂਦਾ ਸੀ ਤਾਂ ਉਹਦੇ ਨਾਲ ਹੀ ਉਸਦੇ ਜਿਹੜੇ ਕੁੱਤੇ ਨੂੰ ਵੀ ਮਾਰ ਕੇ ਨਾਲ ਹੀ ਪਾ ਦਿੱਤਾ ਜਾਂਦਾ ਸੀ, ਕਿਉਂਕਿ ਕਬਰ ਦੇ ਵਿੱਚੋਂ ਕੁੱਤੇ ਦੇ ਨਾਲ ਮਨੁੱਖ ਦੀਆਂ ਹੱਡੀਆਂ ਵੀ ਜਿਹੜੀਆਂ ਨੇਗੀਆਂ ਉਹ ਮਿਲਦੀਆਂ ਨੇਗੀਆਂ। ਯੂਪੀ ਇਲਾਹਾਬਾਦ, ਯੂਪੀ ਇਲਾਹਾਬਾਦ ਤੋਂ ਸਾਨੂੰ 6000 BC ਪੁਰਾਣੇ ਚਾਵਲ ਦੀ ਖੇਤੀ ਦੇ ਜਿਹੜੇ ਸਬੂਤ ਨੇਗੇ ਮਿਲਦੇ ਨੇ। ਤੁਸੀਂ ਮੰਨ ਲਓ ਸਿੱਧੂ ਘਾਟੀ ਦੀ ਸਭਿਅਤਾ ਕਦੋਂ ਆਈ ਸੀ ਅਤੇ ਉਸ ਤੋਂ ਵੀ ਪੁਰਾਣੀ 6000 4 5 4245 ਸੌ 4500 ਚ ਆਈ ਸੀਗੀ,
ਸਿੰਧੂ ਘਾਟੀ ਦੀ ਸਭਿਅਤਾ ਉਸ ਤੋਂ ਪੁਰਾਣੇ 6000 BC ਪੁਰਾਣੇ ਜਿਹੜੇ ਚਾਵਲ ਦੀ ਖੇਤੀ ਦੇ ਆਪਾਂ ਨੂੰ ਸਬੂਤ ਨੇਗੇ ਉਹ ਯੂਪੀ ਇਲਾਹਾਬਾਦ ਤੋਂ ਮਿਲਦੇ ਨੇਗੇ। ਮਤਲਬ ਪਹਿਲੀ ਫਸਲ ਕਿਹੜੀ ਹੋਈ ਫਿਰ ਤਾਂ ਚਾਵਲੀ ਜਿਹੜੇ ਨੇਗੇ ਇਹ ਪਹਿਲੀ ਫਸਲ ਹੋਈ। ਅੱਗੇ ਦੇਖਦੇ ਹਾਂ ਕੋਲ ਦੀ ਹਵਾ ਯੂਪੀ ਤੋਂ ਸਾਨੂੰ 3 ਪੀਰੀਅਡ ਨਿਓਲੈਥਿਕ ਚਾਰਕੋਲੈਥਿਕ ਅਤੇ ਆਇਰਨ ਏਜ ਦੇ ਕਲਚਰ ਦੇ ਬਾਰੇ ਪਤਾ ਲੱਗਦਾ। ਮਤਲਬ ਜਿਹੜਾ ਯੂਪੀ ਦਾ ਕੋਲ ਦੀ ਹਵਾ ਜਗ੍ਹਾ ਗੀ ਇਸ ਤੋਂ ਸਾਨੂੰ ਨਿਊਲੈਥਿਕ ਨਿਊਲੈਥਿਕ ਤੋਂ ਬਾਅਦ ਜਿਹੜਾ ਆਊਗਾ ਚਾਰਕੋਲੈਥਿਕ ਅਤੇ ਆਇਰਨ ਏਜ ਨਿਊ ਚਾਰਕੋ ਅਤੇ ਆਇਰਨ ਇਹਨਾਂ ਤਿੰਨਾਂ ਦੇ ਆਪਾਂ ਨੂੰ ਸਬੂਤ ਨੇਗੇ ਜਿਹੜੇ ਉਹ ਯੂਪੀ ਤੋਂ ਮਿਲਦੇ ਨੇ ਕੋਲ ਦੀ ਹਵਾ ਤੋਂ। ਇਹ ਸਥਾਨ ਆ ਕੋਲ ਦੀ ਹਵਾ ਯੂਪੀ ਦਾ ਉੱਥੋਂ ਆਉਣ ਵਾਲੀਆਂ ਜਿਹੜੀਆਂ ਮਤਲਬ ਆਪਾਂ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ ਚਾਰਕੋਲੈਥਿਕ ਅਤੇ ਆਇਰਨ ਏਜ ਇਹਨਾਂ ਦੋਨਾਂ ਦੇ ਅਤੇ ਨਿਊਲੈਥਿਕ ਦੇ ਸਬੂਤ ਨੇ ਸਾਨੂੰ ਉੱਥੋਂ ਹੀ ਮਿਲਦੇ ਨੇ। ਮੇਹਰਗੜ੍ਹ ਬਲੋਚਿਸਤਾਨ ਬਲੋਚਿਸਤਾਨ ਦੇ ਮੇਹਰਗੜ੍ਹ ਤੋਂ ਭਾਰਤ ਦੀ ਸਭ ਤੋਂ ਪੁਰਾਣੀ ਨਿਊਲੈਥਿਕ ਸਾਈਟ ਮਤਲਬ ਮਿਲਦੀ ਆ। ਇਹ ਮੇਹਰਗੜ੍ਹ ਨੂੰ ਕਿਹਾ ਜਾਂਦਾ ਵਾ ਨਿਊਲੈਥਿਕ ਸਾਈਟ ਆ ਵੀ ਇਹ ਭਾਰਤ ਦੀ ਸਭ ਤੋਂ ਪੁਰਾਣੀ। ਜੇਕਰ ਪੁੱਛਿਆ ਜਾਵੇ ਭਾਰਤ ਦੀ ਸਭ ਤੋਂ ਪੁਰਾਣੀ ਸਾਈਟ ਕਿਹੜੀ ਹੈ ਨਿਊਲੈਥਿਕ ਪੀਰੀਅਡ ਦੀ ਤਾਂ ਉਹ ਹੈਗੀ ਆ ਮੇਹਰਗੜ੍ਹ। ਅੱਗੇ ਆ ਜਾਂਦੇ ਹਾਂ ਜੀ ਗਫ ਕਰਾਲ ਜੰਮੂ ਕਸ਼ਮੀਰ ਤੋਂ ਘਰ ਦੇ ਅੰਦਰ ਬਣਾਏ ਗਏ ਕਬਰਿਸਤਾਨ ਦੇ ਸਬੂਤ ਮਿਲਦੇ ਨੇ। ਜੰਮੂ ਕਸ਼ਮੀਰ ਦੇ ਗਫ ਕਰਾਲ ਤੋਂ ਕੀ ਮਿਲਦੇ ਨੇ ਸਾਨੂੰ ਕਬਰਿਸਤਾਨ ਦੇ ਸਬੂਤ ਮਿਲਦੇ ਨੇ ਵੀ ਜਿਹੜੀ ਘਰ ਦੇ ਅੰਦਰ ਬਣੀ ਹੋਈ ਕਬਰਿਸਤਾਨ ਸੀ। ਹੋਰ ਸਥਾਨ ਜਿਵੇਂ ਛੋਟਾ ਨਾਗਪੁਰ ਖੇਤਰ ਮੱਧਵਰਤੀ ਭਾਰਤ ਅਤੇ ਕ੍ਰਿਸ਼ਨਾ ਨਦੀ ਦਾ ਦੱਖਣੀ ਭਾਗ ਇਹ ਸਾਰੇ ਇਸ ਪੀਰੀਅਡ ਦੇ ਮਹੱਤਵਪੂਰਨ ਸਥਾਨ ਹਨ। ਇਸ ਪੀਰੀਅਡ ਵਿੱਚ ਹੀ ਮਨੁੱਖ ਨੇ ਸਰਕੂਲਰ ਮਤਲਬ ਗੋਲਾਕਾਰ ਰੈਕਟੈਂਗੂਲਰ ਅਤੇ ਕੋਨੇ ਆਕਾਰ ਦੇ ਜਿਹੜੇ ਘਰ ਬਣਾ ਕੇ ਰਹਿਣਾ ਸਿੱਖ ਲਿਆ ਸੀ। ਇਸ ਪੀਰੀਅਡ ਦੇ ਵਿੱਚ ਨਿਊਲੈਥਿਕ ਪੀਰੀਅਡ ਦੇ ਵਿੱਚ ਗੋਲਾਕਾਰ ਅਤੇ ਤਿਕੋਨੇ ਆਕਾਰ ਦੇ ਜਿਹੜੇ ਘਰ ਨੇਗੇ ਉਹ ਮਤਲਬ ਤਿਕੋਨੇ ਆਕਾਰ ਦੇ ਵਿੱਚ ਘਰ ਬਣਾਉਣੇ ਨੇਗੇ ਜਿਹੜੇ ਉਹ ਮਨੁੱਖ ਨੇ ਸਿੱਖ ਲਏ ਸੀ। ਇਹ ਘਰ ਮਿੱਟੀ ਅਤੇ ਕਾਨਿਆਂ ਦੇ ਬਣੇ ਹੁੰਦੇ ਸਨ। ਆਪਣਾ ਵੀਡੀਓ ਹੋ ਗਈ ਜੀ ਖਤਮ। ਇਹ ਸੀਗੀ ਅੱਜ ਦੀ ਆਪਣੀ ਵੀਡੀਓ। ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ। ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ ਜੀ।